ਦੋਸਤੋ ਤੁਹਾਨੂੰ ਇਸ ਗੱਲ ਦਾ ਤਾਂ ਪਤਾ ਲੱਗ ਗਿਆ ਹੋਵੇਗਾ ਕਿ ਜਿਹੜਾ FCI ਵਾਚਮੈਨ ਦੀਆਂ ਜਿਹੜੀ ਪੋਸਟਾਂ ਸੀ ਉਸ ਵਾਸਤੇ ਜਿਹੜਾ ਕਿ ਐਡਮਿਟ ਕਾਰਡ ਦਾ ਸਟੇਟਸ ਆਪਾਂ ਆਨਲਾਈਨ ਚੈੱਕ ਕਰ ਸਕਦੇ ਆ ਤਾਂ ਕਈ ਬੱਚਿਆਂ ਦਾ ਸਵਾਲ ਹੈ ਕਿ ਇਗਜ਼ਾਮ ਡੇਟ ਕਦੋਂ ਹੋਵੇਗੀ ਦੇਖੋ ਐਡਮਿਟ ਕਾਰਡ ਆ ਜਿਹੜਾ ਇਗਜ਼ਾਮ ਦਾ ਉਸ ਦਾ ਸਟੇਟਸ ਆਪਾਂ ਚੈੱਕ ਕਰ ਸਕਦੇ ਆ ਇਸ ਦਾ ਲਿੰਕ ਮੈਂ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇ ਦੇਵਾਂਗਾ ਸਿੱਧਾ ਤੁਸੀਂ ਲਿੰਕ ਤੇ ਕਲਿੱਕ ਕਰਕੇ ਇਸ ਬੈਕਸਾਈਡ ਉੱਪਰ ਪਹੁੰਚ ਜਾਓਗੇ ਇੱਥੇ ਆਪਣਾ ਰਜਿਸਟ੍ਰੇਸ਼ਨ ਨੰਬਰ ਤੇ ਪਾਸਵਰਡ ਆਪਾਂ ਇੱਥੇ ਫਿਲ ਕਰਕੇ ਕੈਪਟਾ ਸੇਮ ਫਿਲ ਕਰਕੇ ਲੌਗ ਤੋਡਾ ਐਡਮਿਟ ਕਾਰਡ ਐਕਸੈਪਟ ਹੋਇਆ ਹੈ ਜਾਂ ਨਹੀਂ ਉਸ ਦੀ ਡਿਟੇਲ ਤੁਹਾਨੂੰ ਮਿਲ ਜਾਵੇਗੀ ਤੇ ਡਾਊਨਲੋਡ ਕਦੋਂ ਹੋਵੇਗਾ ਇਹ ਐਡਮਿਟ ਕਾਰਡ ਜਦੋਂ ਇਗਜ਼ਾਮ ਦੇ 15 ਦਿਨ ਰਹਿ ਜਾਣਗੇ ਮਤਲਬ 15 ਦਿਨ ਪਹਿਲਾਂ ਇਗਜ਼ਾਮ ਦੇ ਇਹ ਅਪਲੋਡ ਕਰ ਦਨਗੇ ਜਿਹੜੇ ਐਡਮਿਟ ਕਾਰਡ ਹੈ ਤਾਂ ਆਪਾਂ ਡਾਊਨਲੋਡ ਕਰਕੇ ਇਗਜ਼ਾਮ ਦੇਣ ਜਾ ਸਕਦੇ ਹਾਂ ਸਿੰਪਲ ਜਿਹੀ ਗੱਲ ਹੈ ਸਮਝ ਆ ਗਈ ਤੁਹਾਨੂੰ ਹੁਣ ਕਈ ਬੱਚਿਆਂ ਦਾ ਜਿਹੜਾ ਕਿ ਸਟੇਟਸ ਆਨਲਾਈਨ ਚੈੱਕ ਹੋ ਰਿਹਾ ਤੇ ਉਹ ਕਨਫਿਊਜ਼ ਨੇ ਕਿ ਸਿਲੇਬਸ ਕਿਉਂ ਹੋ ਰਿਹਾ ਦੇਖੋ ਇਹ ਨਾਰਮਲ ਜਸ ਵੇਵ ਸਤੋਡੇ ਸਾਹਮਣੇ ਹੈ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਸਿਲੈਕਸ਼ਨ ਪ੍ਰੋਸੈਸ ਤੇ ਸਿਲੇਬਸ ਬਾਰੇ ਪੂਰੀ ਜਾਣਕਾਰੀ ਦੇ ਦੇਣਾ ਤੇ ਇੱਥੇ ਜਿ ਸਰ ਦੇਖ ਸਕਦੇ ਆਪਾਂ ਸਿਲੈਕਸ਼ਨ ਪ੍ਰੋਸੈਸ ਹੈ ਜਿਹੜਾ ਐਗਜ਼ਾਮ ਹੋਵੇਗਾ ਰਿਟਨ ਟੈਸਟ ਹੋਵੇਗਾ ਮਤਲਬ OMR ਸ਼ੀਟ ਵੈਸਟ ਟੈਸਟ ਹੋਵੇਗਾ ਜੇ ਤੁਹਾਨੂੰ ਨਹੀਂ ਪਤਾ OMR ਸ਼ੀਟ ਤੇ ਐਗਜ਼ਾਮ ਕਿਵੇਂ ਹੁੰਦਾ ਹੈ ਤਾਂ ਉੱਪਰ ਆਈ ਬਟਨ ਤੇ ਜਾਂ ਇਸ ਵੀਡੀਓ ਦੇ ਐਂਡ ਸਕ੍ਰੀਨ ਤੇ ਮੈਂ ਤੁਹਾਨੂੰ ਵੀਡੀਓ ਦਾ ਲਿੰਕ ਦੇ ਦੇਣਾ ਉਸ ਵੀਡੀਓ ਨੂੰ ਦੇਖ ਲਓ ਐਂਡ ਸਮਝ ਲਓ ਕਿ OMR ਸ਼ੀਟ ਤੇ ਐਗਜ਼ਾਮ ਕਿਵੇਂ ਹੁੰਦਾ ਹੈ ਇਗਜ਼ਾਮ ਦੇ ਡਿਊਰੇਸ਼ਨ ਹੋਵੇਗੀ ਜਿਹੜੀ 90 ਮਿੰਟ ਦਾ ਟਾਈਮ ਹੋਵੇਗਾ ਤੇ 120 ਕੁਐਸਚਨਸ ਐਮਸੀਕਿਊ ਟਾਈਪ ਇਗਜ਼ਾਮ ਵਿੱਚ ਦੇਖਣ ਨੂੰ ਮਿਲਣਗੇ ਕਿਹੜੇ ਕਿਹੜੇ ਸਿਲੇਬਸ ਨਾਲ ਇੱਥੇ ਆਪਾਂ ਸਿਲੇਬਸ ਵੀ ਦੇਖ ਸਕਦੇ ਆ। ਦੇਖੋ ਦੋਸਤੋ ਜਰਨਲ ਨੋਲੇਜ ਦਾ ਸਿਲੇਬਸ ਹੋਵੇਗਾ ਜਰਨਲ ਨੋਲੇਜ ਦੀ ਆਲਸ ਟੌਪਿਕਸ ਮੈਂ ਕਵਰ ਕਰ ਚੁੱਕਿਆ ਜੇ ਤੁਸੀਂ YouTube ਤੇ ਸਰਚ ਕਰੋਗੇ ਜੀਕੇ ਕਲਾਸ ਐਫਸੀਆਈ ਵਾਚਮੈਨ ਬਾਈ ਮੰਨੂ ਮੋਰ ਤਾਂ ਇਜ਼ੀਲੀ ਤੁਹਾਨੂੰ ਬਹੁਤ ਸਾਰੀ ਕਲਾਸਾਂ ਮਿਲ ਜਾਣਗੀਆਂ ਇਸੋ ਨਾਲ ਕਰੰਟ ਅਫੇਅਰ ਦੀ ਵੀ ਕਾਫੀ ਕਲਾਸਸ ਕਵਰ ਕਰਾਈ ਹੋਈ ਹੈ। ਰੀਜ਼ਨਿੰਗ ਤੇ ਇੰਗਲਿਸ਼ ਤੇ ਨੰਮੈਰਿਕਲ ਐਬਿਲਿਟੀ ਦੀ ਆਪਾਂ ਮੇਨ ਮੇਨ ਜਿਹੜੇ ਟੌਪਿਕ ਨੇ ਉਹ ਕਵਰ ਜ਼ਰੂਰ ਕਰਾਂਗੇ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰਕੇ ਰੱਖੋ ਜੇ ਤੁਸੀਂ ਰੀਜ਼ਨਿੰਗ ਇੰਗਲਿਸ਼ ਲੈਂਗੁਏਜ ਤੇ ਨੰਮੈਰਿਕਲ ਐਬਿਲਿਟੀ ਦੀ ਕਲਾਸਸ ਵੀ ਮੇਰੇ ਚੈਨਲ ਤੇ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਠੀਕ ਹੈ ਸਿਲੈਕਸ਼ਨ ਪ੍ਰੋਸੈਸ ਇਹੀ ਹੈ ਜਸਟ ਇਹ ਐਗਜ਼ਾਮ ਕੁਆਲੀਫਾਈ ਕਰਨਾ ਹੋਵੇਗਾ ਉਸ ਤੋਂ ਬਾਅਦ ਜਿਹੜੇ ਵੀ ਕੈਂਡੀਡੇਟ ਐਗਜ਼ਾਮ ਨੂੰ ਕੁਆਲੀਫਾਈ ਕਰਨਗੇ ਉਹਨਾਂ ਨੂੰ ਫਿਜ਼ੀਕਲ ਟੈਸਟ ਵਾਸਤੇ ਸੱਦਾ ਜਾਵੇਗਾ